ਸਤਨਾਮ ਸ੍ਰੀ ਵਾਇਗੁਰੂ ਸਹਿਜਿਓ ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੁਮਾਲੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਗੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗੈਲੇ ਬਾਵਲੇ ਮਾਨੇ ਕਿਆਰ ਲੀਆਂ ਫਰੀਦਾ ਸਿਰ ਪਲਿਆ ਦਾੜੀ ਪਲੀ ਮੁਛਾ ਵੀ ਪਲੀਆਂ ਰੇ ਮਨ ਗੇਲੇ ਬਾਵਲੇ ਮਾਨੇ ਕਿਆ ਰਲੀਆਂ ਇਹ ਪਵਿੱਤਰ ਸ਼ਲੋਕ ਬਾਬਾ ਫਰੀਦ ਜੀ ਦੀ ਪਵਿੱਤਰ ਬਾਣੀ 55 ਨੰਬਰ ਸ਼ਲੋਕ ਇਹ ਬਾਬਾ ਫਰੀਦ ਦਾ ਜੋ ਸਾਹਿਬੇ ਕਮਾਲ ਚਵਰਤਾ ਕਦੇ ਮਾਲਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਤਾ ਜੀ ਦੇ ਪਵਿੱਤਰ ਅੰਗ 1380 ਉੱਪਰ ਸੁਭਾਏ ਮਾਨ ਹੁਣ ਬਾਬਾ 프리 ਜੀ ਕਹਿੰਦੇ ਸਾਰੀ ਜ਼ਿੰਦਗੀ ਤੂੰ ਕੱਟ ਦਿੱਤੀ ਸਾਰੀ ਜ਼ਿੰਦਗੀ ਬੱਚਾ ਸੀ ਨਾਮ ਜਪ ਲਾ ਵਾਹਿਗੁਰੂ ਵਾਹਿਗੁਰੂ ਕਿਆ ਕਰ ਘਰਦਿਆਂ ਨੇ ਕਿਹਾ ਬੱਚਾ ਹੈ ਕਿ ਕਿਦੋਂ ਦੇ 4 ਦਿਨ ਹਨ ਕੋਈ ਨਹੀਂ ਜਪ ਲੇਗਾ ਵੱਡਾ ਹੋਇਆ ਨਾਮ ਜਪਿਆ ਕਰ ਪੜਾਈ ਦੇ ਦਿਨ ਹਨ ਕੋਈ ਨਹੀਂ ਜਪ ਲੇਗਾ ਵੱਡਾ ਹੋਇਆ ਵਿਆਹ ਹੋਇਆ ਕੋਈ ਨਹੀਂ 4 ਦਿਨ ਹੱਸ ਕੇ ਢ ਲਵੇ ਜਪ ਲਵੇਗਾ ਨਾਮ ਬੁੱਢਾ ਹੋਇਆ ਬਾਬਾ ਨਾਮ ਜਪਿਆ ਕਰ ਕਹਿੰਦਾ ਜੀ ਇਹ ਵੀ ਇਨਾਮ ਹੀ ਹੈ ਪੋਤੇ-ਪੋਤੀਆਂ ਨੂੰ ਖਿਲਾਉਣਾ ਸਕੂਲ ਲੈ ਕੇ ਜਾਣਾ ਛੱਡ ਜਾਣਾ ਆਖਰੀ ਸੁਵਾਸ ਆ ਗਿਆ ਬਾਬਾ ਨਾਮ ਜਪ ਤੇਰੀ ਕੋਈ ਆਖਰੀ ਖਾਸ਼ ਹੈ ਕਹਿੰਦਾ ਬੜੀ ਕਿਰਪਾ ਹੋਵੇ ਜੇ ਪੋਤੇ-ਪੋਤੀਆਂ ਨੂੰ ਮਿਲਾ ਦਿਓ ਭਾਵ ਸਿਰ ਵੀ ਚਿੱਟਾ ਹੋ ਗਿਆ ਬਚਪਨ ਤੋਂ ਲੈ ਕੇ ਦਾੜੀ ਵੀ ਚਿੱਟੀ ਹੋ ਗਈ ਮੁਛਾਂ ਵਿੱਚ ਚਟੀਆਂ ਹੋ ਗਈਆਂ ਸਾਰਾ ਕੁਝ ਹੀ ਖਤਮ ਹੋਣ ਤੇ ਉੱਤੇ ਆ ਗਿਆ ਪਰ ਇਹ ਮਨ ਐਸਾ बावਲਾ ਹੈ পাগল ਹੈ ਰੇ ਮਨ ਗੇਲੇ ਬਾਵਰੇ ਇਹ बावਲਾ ਮਨ ਅਜੇ ਵੀ ਸੰਸਾਰ ਵਿੱਚ ਖਚਤ ਹੈ ਬਾਬਾ 프리ਤ ਕਹਿੰਦੇ ਰੱਬ ਆਲੇ ਪਾਸੇ ਗੱਲ ਸੁਣ ਕੇ ਰਾਜੀ ਨਹੀਂ ਕਰਨੀ ਤੇ ਇੱਕ ਪਾਸੇ ਨਾਮ ਜਪਣਾ ਤੇ ਦੂਰ ਦੀ ਗੱਲ ਹੈ ਇਹ ਤੇ ਅੱਲਾਹ ਤਾਲਾ ਖੁਦਾ ਦੀ ਗੱਲ ਵੀ ਨਹੀਂ ਸੁਣੂਗਾ ਇੰਨਾ ਖੱਚਤ ਸੰਸਾਰ ਚ ਪਰਿਵਾਰ ਚ ਖਾਸ ਕਰਕੇ ਦਿਨ ਚ ਰਲੀਆਂ ਚ ਇੰਨਾ ਖੱਚਤ ਤੇ ਬਾਬਾ ਜੀ ਤੇ ਇੱਕ ਸਾਹ ਹੋਰ ਵੀ ਕਹਿੰਦੇ ਬੁੱਢਾ ਹੋਆ ਸ਼ੇਖਪੁਰੀ ਕੰਮਨ ਲਗੀ ਦੇ ਜੇ ਸੋ ਵਰਿਆ ਜੀਵਨਾ ਵੀ ਤਨ ਹੋ ਸਿਖੇ ਕਹਿੰਦੇ ਕੀ ਹੋਇਆ ਤੂੰ ਬੁੱਢਾ ਹੋ ਗਿਆ ਹੈ ਤੇਰੇ ਹੱਥ ਪੈਰ ਕੰਮਲ ਲਾਪੇ ਸਰੀਰ ਕੰਮਲ ਲਾਪਿਆ ਉਹ ਬਾਬਾ ਜੀ ਤੈਨੂੰ 100 ਸਾਲ ਵੀ ਉਮਰ ਦਿੱਤੀ ਫੇਰ ਵੀ ਤੇ ਇੱਕ ਦਿਨ ਕਬਰ ਚ ਹੀ ਜਾਣਾ ਹੀ ਨਾ ਫੇਰ ਵੀ ਤੇ ਇੱਕ ਦਿਨ ਸ਼ਮਸ਼ਾਨ ਘਟ ਜਾ ਕੇ ਮਿੱਟੀ ਬੰਨਾ ਸਵਾਹ ਬੰਨਾ ਹੀ ਨਾ ਬੀਤਾ ਨੂੰ ほしい ਕੇ ਕੇਜੀ ਰਲ ਨਾ ਤੂੰ ਕਿਉਂ ਨਹੀਂ ਉਸ ਮਾਲਕ ਦਾ ਨਾਮ ਜਪਦਾ ਜਿਸ ਮਾਲਕ ਨੇ ਤੈਨੂੰ ਇਹ ਸੋਨਾ ਸਰੀਰ ਹੱਥ ਪੈਰ ਸਾਰਾ ਕੁਝ ਦਿੱਤਾ ਕਿਉਂ ਉਹਦਾ ਤੂੰ ਸ਼ੁਕਰਾਨਾ ਨਹੀਂ ਕਰਦਾ ਪਰ ਗਾਫਲ ਕਿਨਾਂ ਹੈ ਪੰਜਵੇਂ ਪਾਤਸ਼ਾਹੀ ਕਹਿੰਦੇ ਕਹਿੰਦੇ ਜਨਮ ਜਰਾ ਮਰਤ ਜਿਸ ਵਾਸ ਸੋ ਸਮਰਤ ਸਿਮਰਸਾਸ ਗ੍ਰਾਤ ਜਿਨੇ ਜਨਮ ਦਿੱਤਾ ਹੈ ਜਵਾਨੀ ਦਿੱਤੀ ਬੁਢਾਪਾ ਤੇਰੇ ਤੇ ਆਉਣਾ ਹੈ ਤੇ ਫਿਰ ਤੂੰ ਮਰ ਜਾਣਾ ਹੈ ਮਰਤ ਜਿਸ ਵਾਸ ਜਨਮ ਤੋਂ ਲੈ ਕੇ ਮਰਦ ਤੱਕ ਜਿਨੇ ਤੈਨੂੰ ਜੀਵਨ ਦਿੱਤਾ हे बंदे ओ सुमरत परमात्मा दा तू सिमरन क्यों नहीं करता सो सुमरत सिमर सास ग्रास पाव सा लेंदिया होया वी ते जे तू रोटी भी खाना है ते रोटी मुंह च पौन तो पहला वी ते बाद विच भी बोल रोटी खांदा भी बोली जाला वाह हे गुरु वाह हे गुरु वाह हे गुरु वा ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਾਸ ਲੈ ਚਾਹ ਤੂੰ ਕੁਛ ਖਾ ਰਿਆ ਹੈ ਗਰਾਹੀ ਗਰਾਸ ਉਹਦਾ ਨਾਮ jap ਉਹਦਾ ਸ਼ੁਕਰਾਨਾ ਕਰ ਉਹਨੇ ਸਵਾਸ ਦਿੱਤੇ ਤੈਨੂੰ ਮੌਕਾ ਮਿਲਿਆ ਮੂੰਚ ਗਰਾਈ ਪਾਉਣ ਦਾ ਸ਼ੁਕਰਾਨਾ ਕਾਰੋ ਨੇ ਸਵਾਸ ਦਿੱਤੇ ਤੈਨੂੰ ਮੌਕਾ ਮਿਲਿਆ ਪਾਣੀ ਪੀਣ ਦਾ ਦੁੱਧ ਪੀਣ ਦਾ ਉਸ ਸਮਰੱਥਦਾਤਾ ਨੂੰ ਸ਼ੁਕਰਾਨਾ ਕਰ ਤੈਨੂੰ ਸਵਾਸ ਦਿੱਤੇ ਤੈਨੂੰ ਮੌਕਾ ਮਿਲਿਆ ਪਰਿਵਾਰ ਦੇ ਨਾਲ ਬੱਚਿਆਂ ਨਾਲ ਘਰ ਵਾਲੀ ਨਾਲ ਵੱਡੇ ਵਡੇਰਿਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਮਿਲਣ ਦਾ ਕਾਰੋਬਾਰ ਕਰਦਾ ਸ਼ੁਕਰਾਨਾ ਕਰ ਤੇ ਤੂੰ ਅਕ੍ਰਿਤ ਕਰ मीत 사जन सखा प्रभु एक बाकी संसार दे रिश्ते सारे ਝੂਠੇ ਹਨ ਇਕੋ ਹੀ ਸੱਚਾ ਰਿਸ਼ਤਾ ਹੈ ਉਹ ਮੇਰੇ ਪਿਤਾ ਗੁਰਨਾਨਕ ਦੇ ਪਾਤਸ਼ਾਹ ਦਾ ਪਾਤਸ਼ਾਹ ਦਾ ਜੁੜ ਕੇ ਅੰਦਰ ਉਤਾਰਨ ਦੀ ਕੋਸ਼ਿਸ਼ ਕਰੋ ਇਸ ਅਕਥ ਕਥਾਰ ਨੂੰ ਕੋਈ ਕਰ ਨਹੀਂ ਸਕਦਾ ਅਕਥ ਕਥਾ ਇਹ ਮੇਰਾ ਸਤਿਗੁਰੂ ਜੀ ਦੇ ਤੇ ਕਿਰਪਾ ਕਰ ਦੇਵੇ ਤੁਹਾਡੇ ਤੇ ਕਰ ਦੇ ਮੇਰੇ ਤੇ ਕਰ ਦੇ ਪੁਖਾਰੀ ਤੇ ਕਰ ਦੇ ਜਿੱਥੇ ਤੇ ਮਰਜੀ ਕਰ ਦੇ ਆਪਣੇ ਕਰ ਕਮਲ ਸਿਰ ਤੇ ਰੱਖ ਕੇ ਜਿੰਦ ਕੋ ਮਰਜੀ ਘੱਤ ਘਤਾ ਕਰਾ ਲੇ ਜੇ ਬੰਦਾ ਆਖੇ ਮੈਂ ਲਗਿਆ ਕਰਨ ਨਹੀਂ ਕਰ ਸਕਦਾ ਕਿਉਂਕਿ ਮੈਂ ਵੱਡੀ ਹੋ ਗਈ ਤੇ ਗੁਰੂ ਦੀ ਬਖਸ਼ਿਸ਼ ਛੋਟੀ ਹੋ ਗਈ ਨਹੀਂ ਕਰ ਸਕਦਾ ਬੀਤ ਸਾਜਨ ਸਖਾ ਪ੍ਰਭੇਕ ਨਾਮ ਸੁਆਮੀ ਕਾ ਨਾਨਕ ਟੇ ਇੱਕ ਪਰਮਾਤਮਾ ਦਾ ਨਾਮ ਇੱਕੋ ਹੀ ਉਹੀ ਜَا ਕਾ ਮੀਤ ਸਾਜਨ ਹੈ ਸਮਿਆ ਜੀ ਦਾ ਦੋਸਤ ਤੁਮ ਦਾਤੇ ਠਾਕਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪਰਤ ਪਾਲੋ ਹਮ ਬਾਰਕ ਤੁਮਰੇ ਤਾਰੇ ਇਕ ਟੇਕ ਉਹਦੇ ਤੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਇਹ ਐਸਾ ਸੱਜਣਾ ਜਿਹਦੇ ਘਰ ਵਿੱਚ ਸਾਰਾ ਕੁਝ ਹੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉਹ ਹਾਂ ਸੱਚ ਐਸਾ ਸੱਜਣਾ ਤੇ ਉਸ ਸੁਆਮੀ ਦਾ ਨਾਮ ਜਪ ਉਹਦੀ ਟੇਕ ਲੈ ਜਿਹਦੇ ਉਹਦਾ ਆਸਰਾ ਲੈ ਜਿਹਦੇ ਹੱਥ ਵਿੱਚ ਜਨਮ ਤੇ ਮਰਨ ਹੈ ਜਨਮ ਜਰਾ ਮਿਰਤ ਜਿਸਵਾ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਲ ਸਖਾ ਪ੍ਰਵੇ ਨਾਮ ਸੁਆਮੀ ਕਾ ਨਾਨਕ ਟੇਕ ਜਨਮ ਤੋਂ ਮਰ ਤੋ ਉਹ ਦਾਸ ਰੱਲ ਹੈ ਬਾਕੀ ਸਾਰੇ ਆਸਰੇ ਝੂਠੇ ਕਿਸੇ ਨੇ ਇੱਥੇ ਸਾਹ ਛੱਡ ਦੇਣਾ ਕਿਸੇ ਨੇ ਉੱਥੇ ਛੱਡ ਤੇ ਬਾਬਾ ਫਰੀਦ ਜੀ ਕਹਿੰਦੇ ਹੁਣ ਤੇ ਆਖਰੀ ਸਵਾਸ ਤੇ ਪਹੁੰਚ ਗਿਆ ਹੁਣ ਤੇ ਬੰਦਾ ਬਨ ਜਾ ਬੰਦਾ ਬੰਜਾ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸਤਰ ਹੋ ਜਾ ਪਿਆ ਬੰਦਾ ਬੰਦਾ ਕੀ ਹੈ ਜਿਹੜਾ ਬੰਦਗੀ ਕਰਦਾ ਹੈ ਜੇ ਬੰਦਗੀ ਕਰਦਾ ਹੈ ਇਹ ਬੰਦਾ ਬੰਦਾ ਹੈ ਜੇ ਬੰਦਗੀ ਨਹੀਂ ਕਰਦਾ ਤੇ ਗੰਦਗੀ ਤੋਂ ਸਵਾਏ ਕੁਝ ਵੀ ਨਹੀਂ ਫਿਰ ਇਹ ਬੰਦਾ ਗੰਦਾ ਹੈ ਹੋ ਮੈਲਾ ਮੈਲ ਕਬ ਹੁਣਾ ਤੋ ਐ ਇਨਾ ਮੈਲਾ ਸੁਗਨੀ ਸਾਹਿਬ ਚ ਰੋਡ ਪੜਦੇ ਹਉ ਮੈਲਾ ਇਨਾ ਮੈਲਾ ਹੰਕਾਰ ਦਾ ਭਰਿਆ ਵਿਆ ਹਉਮੇ ਦਾ ਭਰਿਆ ਵਿਆ ਮੋਹ ਦਾ ਭਰਿਆ ਪਿਆ ਕਾਮ ਦਾ ਭਰਿਆ ਪਿਆ ਤੇ ਕਦੀ ਵੀ ਕੋਸ਼ਿਸ਼ ਨਹੀਂ ਕਰਦਾ ਕਿ ਮੈਂ ਅੰਦਰ ਦੀ ਗੰਦਗੀ ਨੂੰ ਸਾਫ਼ ਕਰ ਲਵਾਂ ਅੰਦਰ ਦੀ ਸਵੇਰੇ ਕਰਦੀਆਂ ਸੁਹਾਣੀਆਂ ਝਾੜੂ ਮਾਰਦੀਆਂ ਤੇ ਕੀ ਕਰਦੀਆਂ ਝਾੜੂ ਦੇ ਨਾਲ ਅੰਦਰ ਕਮਰਿਆਂ ਦੀ ਗੰਦਗੀ ਮਕਾਨ ਦੀ ਗੰਦੀ ਨੂੰ ਬਾਹਰ ਕੱਢ ਦਿੰਦੀਆਂ ਕੂੜਾ ਕਰਗਟ ਫਿਰ ਕੀ ਕਰਦੀਆਂ ਜਾਲੀ ਵਾਲਾ ਦਰਵਾਜ਼ਾ ਕਹਿੰਦੇ ਹੁਣ ਨਾ ਖੋਲਿਓ ਬਾਹਰੋਂ ਗੰਦਗੀ ਅੰਦਰ ਨਾ ਆ ਜਾਵੇ ਬਾਹਰ ਪਰ ਸਤਿਗੁਰੂ ਕਹਿੰਦੇ ਬਾਹਰ ਦੀ ਗੰਦਗੀ ਵਾਸਤੇ ਤੂੰ ਦਰਵਾਜ਼ਾ ਬੰਦ ਕਰਨਿਆ ਪਰ ਜਿਹੜੀ ਅੰਦਰਲੀ ਗੰਦਗੀ ਹੈ ਜਦ ਤੱਕ ਬਾਹਰ ਨਹੀਂ ਕੱਢੇਂਗਾ ਕਿਵੇਂ ਗੱਲ ਬਣੇਗੀ ਪਰ ਉਹ ਨਹੀਂ ਕਰਦਾ ਮੇਰੇ ਪਿਤਾ ਜੀ ਗੁਰੂ ਨਾਨਕ ਸਾਹਿਬ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਬੂਨ ਲਈਏ ਉਹ ਧੋਏ ਪੜੀਏ ਮਤ ਪਾਪਾ ਕੇ ਸੰਗ ਪੜੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇਂ ਕੇ ਰੰ ਹੁਣ ਬਾਹਰ ਲ ਮਿੱਟੀ ਕੱਟਾ ਧੋ ਦਵਾਂਗੇ ਪਾਣੀ ਪਾਇਆ ਸਾਫ ਹੋ ਗਿਆ ਕਪੜਾ ਮਹਿਲਾ ਪਾ ਲ ਹੋ ਗਿਆ ਸਾਬਣ ਲਾਇਆ ਪਾਊਡਰ ਪਾਇਆ ਸਰ ਪਾਇਆ ਸਾਫ ਹੋ ਗਿਆ ਪਰ ਜਿਹੜੀ ਆ ਮਤ ਹੈ ਹਉ ਮੈਲਾ ਇਨੀ ਮੈਲ ਕੋਲੂ ਦੀ ਲੀਡ ਤੋਂ ਵੀ ਜ਼ਿਆਦਾ ਕੋਲੂ ਦੀ ਲੀਡ ਤੋਂ ਇਹਨੂੰ ਕਿਉਂ ਨਹੀਂ ਤੂੰਦਾ ਸਤਿਗੁਰ ਕਹਿੰਦੇ ਉਹ ટોਪੇ ਨਾਵੇਂ ਕੇ ਰੰਗ ਆ ਮੈਂ ਤੈਨੂੰ ਝੁਕਤੀ ਦੱਸਾਂ ਉਹਦੇ ਨਾਲ ਧੋ ਨਾਮ ਦੇ ਨਾਲ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮ ਦੇ ਨਾਲ ਤੋਂ ਨਾਮ ਤੇ ਨਾਲ ਕਿਉਂਕਿ ਅੰਦਰਲੀ ਮੈਲ ਬਿਨਾ ਨਾਮ ਤੋਂ ਧੋਪੀ ਨਹੀਂ ਸਕਦੀ ਹਰ ਕਾ ਨਾਮ ਕੋਟ ਪਾਪ ਖੋ ਹਰੀ ਦਾ ਨਾਮ ਇੱਕ ਨਹੀਂ ਦੋ ਨਹੀਂ ਕਰੋੜਾਂ ਸਾਲ ਦੇ ਪਾਪ ਖਸਮ ਕਰ ਦਿੰਦਾ ਹੈ ਕੋਟ ਪਾਪ ਕੋਟ ਪਾਪ ਤਾਂ ਹੀ ਸਤਗੁਰੂ ਦੀ ਬਾਣੀ ਚ ਕਿਹਾ ਨਾ ਸਤਗੁਰੂ ਜੇ ਟੁੱਠੇ ਹੋ ਕੋਟ ਪਰਾਧ ਹਮਾਰੇ ਖੰਡੂ ਅਨਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਨ ਬਿਰਜ਼ ਰਖਾਓ ਇੱਕ ਨਹੀਂ ਦੋਨੀ ਕਰੋੜਾਂ ਕਰੋੜਾਂ ਸਾਲ ਦੇ ਪਾਪ ਤੁਸੀਂ ਖਤਮ ਕਰ ਦਿਓ ਪੁੱਛਿਆ ਕਿਉਂ ਕਰਾਂ ਸ਼ਰਧਕੀ ਬੋਲੇ ਪੰਜam ਪੰਜ ਤੁਮਰੀ ਸਰਨ ਤੁਮਾਰੀ ਆਸਾ ਤੁਮੀ ਹੀ ਸਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਰੱਖੋ ਮੈਂ ਤੇਰੇ ਘਰ ਦਾ ਗੋਲਾ ਚੌਕੀਦਾਰ ਬਣ ਗਿਆ ਮੈਂ ਤੇਰਾ ਸੇਵਕ ਬਣ ਗਿਆ ਸੇਵਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਮੈਂ ਰਾਤ ਦਿਨੇ ਤੇਰਾ ਜਪ ਕਰਾਵਾਂ ਮੈਂ ਰਾਤ ਦਿਨੇ ਤੇਰੇ ਚਰਨਾਂ ਨਾਲ ਜੁੜਾਂ ਪਰ ਕਿਰਪਾ ਦੇਕਰ ਈਮਲ ਤੁਸੀਂ ਤੋ ਸਕਦੇ ਤੁਹਾਡਾ ਨਾਮ ਤੋ ਸਕਦਾ ਹੈ ਜੇ ਆਖੋ ਮੇਰੇ ਚ ਕੋਈ ਸਮਰੱਥਾ ਮੈਂ ਆਪਣੀ ਅਕਲ ਦੇ ਨਾਲ ਧੋ ਲਵਾਂ ਨਹੀਂ ਰੇ ਮਨ ਗਏ ਲੈ ਬਾਵਲੇ ਮੈਂ ਤੇ ਬਾਵਲਾ ਹੈ ਕਹਿ ਲਾ ਮੈਂ ਤੇ ਖਟੌਣਿਆਂ ਚ ਲੱਗਿਆ ਰਲੀਆਂ ਚ ਲੱਗਿਆ ਤਮਾਸ਼ਿਆਂ ਦੇ ਵਿੱਚ ਲੱਗਿਆ ਪਤਾ ਮੈਨੂੰ ਵੀ ਹੈ ਕਬੀਰ ਇਹ ਤਨ ਜਾਏਗਾ ਜਾਏਗਾ ਸਕੋ ਚਲਿਓ ਬਹੋਰ ਇਹ ਇੱਕ ਦਿਨ ਮਿੱਟੀ ਦੇ ਵਿੱਚ ਇਹ ਮਿੱਟੀ ਰਲ ਜਾਏਗੀ ਇਹ ਮਿੱਟੀ ਦਾ ਭਾਂਡਾ ਪੰਜਾਂ ਤੱਤਾਂ ਦਾ ਜਿੱਦਣ ਟੁੱਟ ਗਿਆ ਤੱਤਾਂ 'ਚ ਤੱਤ ਮਿਲ ਜਾਣੇ ਮਾਟੀ ਮਾਟੀ ਹੋਈ ਇੱਕ ਰੋਵਨ ਹਾਰੇ ਕੀ ਕਮਨ ਟੇਕ ਮਿੱਟੀ 'ਚ ਮਿੱਟੀ ਮਿਲ ਗਈ ਜੇ ਤੂੰ ਇਹਨੂੰ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ ਪਹਿਲਾਂ ਰੋਕ ਸਕਦਾ ਹੈ ਕਿ ਇਹ ਗੋਵਿੰਦ ਘਾਟ ਚਲੇ ਜਾਵੇ ਤਾਂ ਕੁਝ ਯਤਨ ਕਰ ਲੈ ਇਹ ਤਾਂ ਜਾਏਗਾ ਸਕੋ ਤੋ ਲਿਓ ਬਹੋਰ ਮੋੜ ਲੈ ਇਹਨੂੰ ਗੋਵਿੰਦ ਘਾਟ ਵੱਲ ਮੋੜ ਲੈ ਤੈਨੂੰ ਨਹੀਂ ਰਸਤਾ ਹੁੰਦਾ ਬੁਲਾਉ ਉੱਚੀ ਉੱਚੀ ਕੋਈ ਜਨ ਹਰਿਸ਼ਿਓ ਦੇਵੇ ਜੋਰ ਬੁਲਾ ਕਿਸੇ ਨੂੰ ਚਰਨ ਗਹਉ ਬਕੂ ਸੁਭਰਸਨਾ ਦੀਜੇ ਪ੍ਰਾਨ ਦੇ ਫੀਸ ਉਹਨਾਂ ਨੂੰ ਫੀਸ ਦੇ ਉਹ ਤੈਨੂੰ ਮਨ ਨੂੰ ਮੋੜਨ ਦੀ ਸੰਸਾਰ ਤੋਂ ਕਰਤਾਰ ਦੇ ਘਰ ਨੂੰ ਜਾਣ ਵਾਲੀ ਸੜਕ ਦੇ ਉੱਤੇ ਤੈਨੂੰ ਰਸਤਾ ਦੱਸ ਦੇਣਗੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਕੋਈ ਆਵੇ ਪਰ ਹਰੀ ਦਾ ਪਿਆਰਾ ਹੋਵੇ ਉਹ ਮੈਨੂੰ ਹਰੀ ਦੇ ਨਾਲ ਮੇਰੇ ਪ੍ਰੀਤਮ ਦੇ ਨਾਲ ਜੋੜਨ ਵਾਲਾ ਹੋਵੇ ਕਿਸੇ ਆਪਣੇ ਨਾਲ ਨਾ ਜੋੜ ਲਵੇ ਆਪਣੇ ਨਾਲ ਜਿਵੇਂ ਅੱਜ ਕੱਲ੍ਹ ਸਰੀਰਾਂ ਦੇ ਨਾਲ ਕਈ ਡੇਰੇਵਾਦੀ ਜੋੜੀ ਜਾਂਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਛ ਬਲਾ ਕਿਉਂਕਿ ਤੂੰ ਜਾਣਦਾ ਹੈ ਕਬੀਰ ਸਾਹਿਬ ਕਹਿੰਦੇ ਨਾਂਗੇ ਪਾਉ ਤੇ ਗਏ ਜਿੰਨਕੇ ਲੱਖ ਕਰੋੜ ਉਹ ਵੀ ਨੰਗੇ ਚਲੇਗੇ ਖਾਲੀ ਹੱਥ ਚਲੇਗੇ ਲੱਖਾਂ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਬਣਾ ਕੇ ਕਿੱਥੇ ਜਾਂ ਕਈਆਂ ਦੇ ਕਰੋੜਾ ਰੁਪਏ ਬੈਂਕ ਚ ਪਏ ਆ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਜਾਂ ਇੰਨੀਆਂ ਕਿ ਪ੍ਰਾਪਰਟੀਆਂ ਖਰੀਦੀਆਂ ਪਤਾ ਹੀ ਨਹੀਂ ਉਹਦੇ ਕਾਗਜ਼ ਪੱਤਰ ਕਿੱਥੇ ਤੇ ਜਾਣ ਲੱਗੇ ਨੰਗੇ ਪੈਰ ਉਹ ਜੁੱਤੀ ਵੀ ਲਾਲੀ ਜਿਹੜੀ ਚੱਪਲ ਸੀ 100 ਰੁਪਏ ਵਾਲੀ ਕੱਪੜੇ ਵੀ ਲਾ ਲਏ ਇੱਕ ਚਿੱਟਾ ਖੱਪੜਾ ਅਨ ਸੀਤਾ ਜਾਂ ਘੜਿਆ ਜਾਂ ਦੇ ਦਿੱਤਾ ਤੇ ਅੱਗ ਕਹਿੰਦੀ ਆਇਆ ਤੇ ਨੰਗਾ ਸਿਆ ਲੈ ਕੇ ਕਿਥੇ ਚੱਲਿਆ ਉਹਨੇ ਵੀ ਖਫੜ ਵੀ ਅੱਗ ਨੇ ਲੈ ਲਿਆ ਪਾਵ ਨੰਗਾ ਆਇਆ ਨੰਗਾ ਚਲਾ ਗਿਆ ਕਬੀਰ ਸਾਹਿਬ ਕਹਿੰਦੇ ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ ਚਲੇ ਗਏ ਨੰਗੇ ਪੈਰੀ ਤੇ ਕੀ ਖਟਿਆ ਕੀ ਖਟਿਆ ਇੰਨੀ ਸਾਰੀ ਜ਼ਿੰਦਗੀ ਰਲੀਆਂ ਮਨਾਉਣ ਵਾਲਿਆ ਜੇ ਉਹੀ ਕਿਤੇ ਪ੍ਰਮਾਤਮਾ ਦੇ ਦਰ ਦੇ ਅੱਤੇ ਟਿਕ ਜਾਂਦਾ ਜੁੜ ਜਾਂਦਾ ਇਹ ਅਜ ਤੈਨੂੰ ਵੀ ਲੋਕ ਪੂਜਦੇ ਤੇਰਾ ਸੰਸਾਰ ਤੇ ਆਉਣਾ ਤਨ ਹੋ ਜਾਂਦਾ ਤਨ ਹੋ ਜਾਂਦਾ ਕਬੀਰ ਇਹੋ ਤਨ ਜਾਏਗਾ ਕਮ ਨੇ ਮਾਰ ਗਲਾਈ ਕਿਹੜੇ ਪਾਸੇ ਲਾਤਾ ਪ੍ਰਾਨਿਤ ਆਇਓ ਲਾਹਾ ਲੈਣ ਭਈ ਪ੍ਰਾਪਤ ਮਾਨ ਖੁਦੇ ਉਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਔਰ ਕਾਜ ਤੇਰੇ ਕਿਤੇ ਨਾਕਾਮਿਲ ਸਾਧ ਸੰਗਤ ਭਜ ਕੇ ਮਨੁੱਖਾ ਜਨਮ ਸੀ ਤੈਨੂੰ ਮਿਲਿਆ ਨਾਮ ਜਪਣ ਵਾਸਤੇ ਤੂੰ ਕਿਹੜੇ ਪਾਸੇ ਲਾਤਾ ਤੂੰ ਉਸ ਪਾਸੇ ਲਾਤਾ ਜਿਹੜਾ ਪਾਸਾ ਨਰਕਾ ਨੂੰ ਜਾਂਦਾ ਹੈ ਉਸ ਪਾਸੇ ਜਿਹੜਾ ਕਰਤਾਰ ਨਾਲੋਂ ਤੋੜਦਾ ਹੈ ਉਸ ਰਸਤੇ ਲਾ। ਜਿਹੜਾ ਤੈਨੂੰ ਸੰਸਾਰ ਨਾਲ ਜੋੜਦਾ ਹੈ। ਤੂੰ ਉਸ ਪਾਸੇ ਚਲਾ ਗਿਆ। ਕਹਿੰਦੇ ਅਜੇ ਵੀ ਸਮਾਂ ਹੈ, ਸੁਆਸ ਹੈ। ਕਹਿ ਸੰਗਤ ਕਰ ਸਾਧਕੀ। ਕਹਿ ਹਰ ਕੇ ਗੁਣ ਗਾਇ। ਅਜੇ ਵੀ ਮੌਕਾ ਹੈ। ਜਿੰਨੇ ਸੁਆਸ ਸੰਗਤ ਕਰ ਨਾਮ ਜਪਣ ਵਾਲੇ ਦੀ ਸੰਗਤ ਕਰ ਗੁਰੂ ਘਰ ਆਇਆ ਕਰ ਸੰਗਤ ਵਿੱਚ ਮੰਦਰ ਜਾਇਆ ਕਰ ਗਿਰਜੇ ਜਾਇਆ ਕਰ ਮਸੀਤ ਜਾਇਆ ਕਰ ਜਾਇਆ ਕਰ ਜਿੱਥੇ ਤੇਰਾ ਦਿਲ ਕਰਦਾ ਉੱਥੇ ਜਾਇਆ ਕਰ ਪਰ ਜਾਇਆ ਜ਼ਰੂਰ ਕਰ ਕੈ ਸੰਗਤ ਕਰ ਸਾਧਕੀ ਉਹਨਾਂ ਗੁਰਮਖਾਂ ਦੀ ਜਿਹੜੇ ਹਰ ਸਵਾਸ ਦੇ ਨਾਲ ਜੁੜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਿਹੜੇ ਇੱਕ ਇੱਕ ਸਵਾਸ ਨਾਲ ਜੁੜੇ ਤੇ ਸਿਰਫ ਸੰਗਤ ਹੀ ਨਹੀਂ ਕਰਨੀ ਉਹ ਸੰਗਤ 'ਚ ਬੈਠ ਕੇ ਉਸ ਮਾਲਕ ਦੀ ਕੀਰਤੀ ਕਰਨੀ ਉਹਦੇ ਮਾਲਕ ਦੀ ਸਿਫਤਸਲਾ ਕਰਨੀ ਉਸ ਮਾਲਕ ਦੇ ਗੁਣ ਗਾਉਣੇ ਰਸਨਾ ਗੁਣ ਗੋਬਿੰਦਨ ਨਿਤ ਗਾਇਨ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਿਸ ਮਨੁ ਪਜਿਓ ਸਗਲੇ ਤੂ ਉਸ ਗੋਪਾਲ ਦੇ ਗੋਬਿੰਦ ਦੇ ਗੁਣ ਗਾਇਆ ਕਰਨ ਪਰਣੀ ਸਿਰ ਪਲੇ ਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਕੱਤੇ ਨੇੜੇ ਆ ਗਿਆ ਹੁਣ ਤੇ ਬਿਰਦ ਪਇਓ ਸੂਜੇ ਨਹੀਂ ਕਾਲ ਪਹੁੰਚਿਓ ਆ ਹੁਣ ਤੇ ਬਿੱਡਾ ਬੁੱਢਾ ਹੋ ਗਿਆ ਹੁਣ ਅੱਖਾਂ ਦੇ ਵਿੱਚ ਨਜ਼ਰ ਨਹੀਂ ਆਉਂਦਾ ਝੋਲਾ ਝੋਲਾ ਪੈਂਦਾ ਕੌਣ ਹੈ ਪਤਾ ਨਹੀਂ ਲੱਗਦਾ ਬਿਟ ਬਿਟ ਦੇਖੀ ਜਾਂਦਾ ਪਹਿਚਾਨ ਨਹੀਂ ਆਉਂਦੀ ਕਿਉਂਕਿ ਪਿੱਛੋਂ ਸੁਰਤ ਜੜੀ ਸੀ ਉਹ ਜਵਾਬ ਦੇ ਗਈ ਤੇ ਕੀ ਹੋਇਆ ਮੌਤ ਨੇ ਆ ਕੇ ਰਿਆ ਧਰਮ ਰਾਜ ਦੇ ਦੂਤ ਆ ਗਏ ਬਾਬਾ ਚੱਲ ਆ ਚਲੀਏ ਹੁਣ ਬਾਬੇ ਦਾ ਜਾਨੋ ਦਿਲ ਨਹੀਂ ਕਰਦਾ ਤੇ ਮੇਰੇ ਪਿਤਾ ਧਾਨ ਗੁਰੂ ਤੇ ਇੱਕ ਬਹਾਦਰ ਪਾਸ਼ਾ ਕਹਿੰਦੇ ਕੋ ਨਾਨਕ ਨਰ ਭਾਵਰੇ ਕਿਉਂ ਨਾ ਪਜੇ ਭਗਵਾਨ ਉਹ ਮੂਰਖਾ ਅਜੇ ਵਿਸ਼ਵਾਸ ਜਿਨੇ ਹੈ ਉਹਨਾਂ ਚਿਰ ਤੇ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਰ ਲੈਣਾ ਚਾਹੇ ਇੱਕ ਸਵਾਸ ਬਚ ਗਿਆ ਚਾਹੇ ਦੋ ਚਾਹੇ ਤਿੰਨ ਪਰ ਉਹਨਾਂ ਚਿਰ ਤੇ ਤੂੰ ਪਰਮਾਤਮਾ ਦਾ ਸਿਮਰਨ ਕਰ ਲੈਣਾ ਸੁਰਤ ਤੇ ਨੂੰ ਕੋ ਸੂਚਨਾ ਨਹੀਂ ਸੁਰਤ ਤੇ ਨਹੀਂ ਜਵਾਬ ਦੇ ਗਈ ਕਿਉਂਕਿ ਸਾਰੀ ਜ਼ਿੰਦਗੀ ਤੂੰ ਸੁਰਤ ਨੂੰ ਗੰਦਗੀ ਵਾਲੇ ਪਾਸੇ ਲਾਈ ਰੱਖਿਆ ਸੰਸਾਰ ਚ ਜੋੜੀ ਰੱਖਿਆ ਕਹੋ ਨਾਨਕ ਨਰ ਭਾਵ ਰੇ ਕਿਉਂ ਨਾ ਪਜੇ ਭਗਵਾਨ ਕਿਉਂ ਨਹੀਂ ਪਜਦਾ ਕਿਉਂ ਨਹੀਂ ਸਿਮਰਦਾ ਕਿਉਂ ਨਹੀਂ ਸੇ ਸਲਾਹ ਕਰਦਾ ਉਸ ਮਾਲਕ ਦੀ ਸਮਾ ਹੈ ਆਰ ਗੱਲੇ ਮੰਨ ਸਮਾ ਹੈ ਸਵਾਸਾਂ ਦਾ ਕਿੰਨੇ ਹਨ ਇਹ ਤੇ ਮੈਨੂੰ ਪਤਾ ਨਹੀਂ ਪਰ ਜਿੰਨੇ ਹਨ ਉਹ ਤੇ ਸਫਲ ਕਰ ਲੈ ਆ ਗੰਦਗੀ ਖਾਣੀ ਤੇ ਛੱਡ ਦੇ ਆ ਜਿਹੜੀ ਗੰਦਗੀ ਤੂੰ ਖਾਣਾ ਇਹ ਤੇ ਛੱਡ ਦੇ ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਏ ਛਟਿ ਛਟਿ ਸਵੇਰੇ ਕਪੜੇ ਪਾ ਲੈਣਾ ਹੈ ਵਾਲ-ਵਾਲ ਲੈਣਾ ਹੈ ਤੇ ਮੂੰਹ ਵਿੱਚ ਪਾਨ ਸੁਪਾਰੀ ਨਸ਼ਾ ਪਾ ਲੈਣਾ ਹੈ ਤੇ ਆਪਣੇ ਆਪ ਨੂੰ ਸਮਝਦਾ ਬਹੁਤ ਵੱਡਾ ਸੇਠ ਸ਼ਾਹੂਕਾਰ ਬਣ ਗਿਆ ਪਰ ਕਬੀਰ ਸਾਹਿਬ ਕਹਿੰਦੇ ਇੱਕ ਗੱਲ ਨੋਟ ਕਰ ਲਈ ਉਹ ਚਿੱਟੇ-ਚਿੱਟੇ ਕੱਪੜੇ ਪਾਉਣ ਵਾਲਿਆ ਪਾਣ ਸਪਾਰੀ ਨਸ਼ਾ ਕਰਨ ਵਾਲਿਆ ਇੱਕ ਸਹਰ ਕੇ ਨਾਮ ਬਿਨ ਬਾਦੇ ਜੰਪੁਰ ਜਾਏ ਉਹ ਦੂਤਾਂ ਨੇ ਤੇਰੀ ਬੋਦੀ ਤੋਂ ਫੜ ਕੇ ਤੈਨੂੰ ਕਿਸ ਸਾਧ ਤੋਂ ਫੜ ਕੇ ਲੈ ਜਾਣਾ ਕਿਸ ਸਾਧ ਤੋਂ ਕਿਉਂਕਿ ਸਿਮਰਨ ਭਜਨ ਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਏਗਾ ਤੇਰੇ ਮੂਲੇ ਉੱਤੇ ਚਪੇੜਾਂ ਪੈਣੀਆਂ ਚਪੇੜਾਂ ਅਜੇ ਵੀ ਬਾਬਾ ਫਰੀਦ ਵਾਂਗੂ ਕਬੀਰ ਸਾਹਿਬ ਵੀ ਤੈਨੂੰ ਚੇਤਾਵਨੀ ਦੇ ਰਹੇ ਬੰਦਿਆ ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਏ ਮਤ ਕਿਸੇ ਭੁੱਲਾ ਰਹਿ ਜਾਈ ਤੇਰੇ ਅੰਦਰ ਕੋਈ ਸਹਸਾ ਰਹਿ ਜਾਏ ਤੇਰੇ ਅੰਦਰ ਕੋਈ ਸ਼ੱਕ ਡਾਊਟ ਰਹਿ ਜਾਏ ਕਿ ਮੈਂ ਜੋ ਕੀਤਾ ਉਹ ਠੀਕ ਕੀਤਾ ਇਹ ਜੋ ਮੈਨੂੰ ਮੱਤਾ ਦਿੰਦੇ ਨਾਮ ਜਪ ਫਲਾਂ ਇਹ ਝੂਠ ਹੈ ਪਾਛੇ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਈ ਕਹਿੰਦੇ ਆ ਜਿਹੜੀ ਤੂੰ ਭੋਗ ਸੰਸਾਰ ਦੇ ਭੋਗੇ ਆ ਨਾ ਇਹ ਤੇ ਆ ਆ ਜਿਵੇਂ ਕਿਸੇ ਦੁਕਾਨ ਵਾਲੇ ਕੋ ਸੌਦਾ ਲਾਓ ਤੇ ਉਹ ਝੂੰਗੇ ਦੇ ਵਿੱਚ ਥੋੜਾ ਜਿਹਾ ਗੁੜ ਅੱਗੇ ਦੁਕਾਨਾਂ ਤੇ ਜਾਣਾ ਤੇ ਸੌਦਾ ਲੈ ਕੇ ਕਹਿਣਾ ਝੂੰਗਾ ਦੇ ਝੂੰਗੇ ਦਾ ਮਤਲ ਉਹਨੇ ਥੋੜਾ ਜਿਹਾ ਗੁੜ ਦੀ ਰੋੜੀ ਦੇ ਦੇਣੀ ਤੇ ਉਹ ਖਾਂਦੇ ਆ ਜਾਣਾ ਕਹਿੰਦੇ ਉਹ ਸੁਖ ਜਿਹੜੇ ਤੈਨੂੰ ਪਿੱਛੇ ਤੂੰ ਭੋਗਲੇ ਹਨ ਉਹ ਤੇ ਇੱਕ ਗੁੜ ਦੀ ਨਹੀਂ ਆਈ ਹੈ ਝੂੰਗਾ ਛੋਟੀ ਜੀ ਟੁਕੜੀ ਗੁੜ ਦੀ ਇਹ ਮਤ ਸੈਸਾ ਕਰ ਵੀ ਤੈਨੂੰ ਇੰਨਾ ਕੁ ਝੂੰਗਾ ਮਿਲ ਗਿਆ ਤੇ ਤੇਰਾ ਪਾਰ ਉਤਾਰਾ ਹੋ ਗਿਆ ਨਹੀਂ ਤੇਰਾ ਪਾਰ ਉਤਾਰਾ ਨਹੀਂ ਹੋਇਆ ਅਜੇ ਵੀ ਸਮਾ ਹੈ ਮਨ ਉਸ ਪਰਮਾਤਮਾ ਨਾਲ ਜੁਰਗਾ ਬਾਬਾ ਫਰੀਦ ਕਹਿੰਦੇ ਹੋਕਾ ਦੇ ਦੇ ਕੇ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗੈਲੇ ਬਾਉਲੇ ਮਾਨੇ ਕਿਆ ਰਲੀਆਂ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੀਲੇ ਹੋਈਆਂ ਬੇਅੰਤ ਭੋਲਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ